ਕੈਨੇਡਾ ਦੀ ਫੈਡਰਲ ਪੋਲਿਟਿਕਸ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਸੀ ਕਿ ਕਿਸੇ ਮੇਜਰ ਫੈਡਰਲ ਪੋਲੀਟੀਕਲ ਪਾਰਟੀ ਦੀ ਲੀਡਰਸ਼ਿਪ ਦੀ ਵਾਗਡੋਰ ਐਥਨਿਕ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਕਿਸੇ ਲੀਡਰ ਦੇ ਹੱਥ ਵਿੱਚ ਆਈ ਹੋਵੇ। ਪਰ ਹਾਲ ਹੀ ਵਿੱਚ ਫੈਡਰਲ NDP ਪਾਰਟੀ ਦੀ ਲੀਡਰਸ਼ਿਪ ਵਿੱਚ ਜਗਮੀਤ ਸਿੰਘ ਦੀ ਇਤਿਹਾਸਕ ਜਿੱਤ ਨੇ ਇਹ ਰਸਤਾ ਵੀ ਖੋਲ੍ਹ ਦਿੱਤਾ। ਜਗਮੀਤ ਸਿੰਘ ਦੀ ਜਿੱਤ ਨਾਲ ਐਥਨਿਕ ਭਾਈਚਾਰਿਆਂ ਦੇ ਵਿੱਚ ਅਤੇ ਖਾਸ ਤੌਰ 'ਤੇ ਪੰਜਾਬੀ ਭਾਈਚਾਰੇ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਅਤੇ ਉਸ ਦੀ ਵਜ੍ਹਾ ਇਹ ਹੈ ਕਿ ਜਗਮੀਤ ਸਿੰਘ ਦੀ ਜਿੱਤ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਸਿਆਸੀ ਉਪਲਬਧੀਆਂ ਦੀ ਇੱਕ ਲੰਬੀ ਕੜੀ ਦਾ ਹਿੱਸਾ ਹੈ। ਹਾਲਾਂਕਿ ਪੰਜਾਬੀਆਂ ਨੂੰ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਨੂੰ ਕੈਨੇਡਾ ਦੇ ਵਿੱਚ ਵੋਟ ਪਾਉਣ ਦਾ ਹੱਕ 1947 ਦੇ ਵਿੱਚ ਬਹਾਲ ਹੋ ਗਿਆ ਸੀ, ਪਰ ਪੰਜਾਬੀਆਂ ਦਾ ਕੈਨੇਡਾ ਦੀ ਸਿਆਸਤ ਵਿੱਚ ਕੈਨੇਡਾ ਦੀਆਂ ਸਿਆਸੀ ਅਹੁਦਿਆਂ ਦੇ ਵਿੱਚ ਹੱਥ ਉਦੋਂ ਪਿਆ ਜਦੋਂ 1950 ਵਿੱਚ ਨਿਰੰਜਨ ਸਿੰਘ ਗਰੇਵਾਲ ਮਿਸ਼ਨ ਦੇ ਸਿਟੀ ਕੌਂਸਲਰ ਚੁਣੇ ਗਏ। ਨਿਰੰਜਨ ਸਿੰਘ ਗਰੇਵਾਲ ਨੌਰਥ ਅਮਰੀਕਾ ਵਿੱਚ ਕਿਸੇ ਵੀ ਪਬਲਿਕ ਆਫਿਸ ਲਈ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਸਨ। 1960s ਦੌਰਾਨ ਜੌਂਡਰ ਬਸਰਾਂ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਕੈਨੀਅਨ ਵਿੱਚ ਲਿਲੁਇਟ ਨਾਮ ਦੇ ਛੋਟੇ ਜਿਹੇ ਸ਼ਹਿਰ ਵਿੱਚ ਮੇਅਰ ਇਲੈਕਟ ਹੋਏ ਸਨ। ਉਹ 3 ਟਰਮਸ ਲਈ ਮੇਅਰ ਦੇ ਅਹੁਦੇ 'ਤੇ ਰਹੇ ਸੀ। ਕੈਨੇਡਾ ਦੀ ਫੈਡਰਲ ਸਿਆਸਤ ਵਿੱਚ ਪਹਿਲੀ ਵਾਰੀ ਪੰਜਾਬੀ ਮੂਲ ਦੇ ਉਮੀਦਵਾਰ ਬਣਨ ਵਾਲੇ ਵਿਅਕਤੀ ਦਾ ਨਾਂ ਸੀ ਹਰਦਿਆਲ ਬੈਂਸ। ਹਰਦਿਆਲ ਬੈਂਸ ਨੇ ਮਾਰਕਸਿਸਟ ਲੈਨਿਨਿਸਟ ਪਾਰਟੀ ਆਫ ਕੈਨੇਡਾ ਦੀ ਸਥਾਪਨਾ ਕੀਤੀ ਸੀ ਅਤੇ ਉਹ ਇਸ ਪਾਰਟੀ ਦੇ ਲੀਡਰ ਵੀ ਸਨ, ਪਰ ਇਹ ਕੈਨੇਡਾ ਦੇ ਸਿਆਸੀ ਨਕਸ਼ੇ ਉੱਪਰ ਪ੍ਰਮੁੱਖ ਪਾਰਟੀ ਨਹੀਂ ਸੀ। ਹਰਦਿਆਲ ਬੈਂਸ ਨੇ ਸੰਨ 1972 ਵਿੱਚ ਇਸੇ ਪਾਰਟੀ ਵੱਲੋਂ ਓਨਟੈਰੀਓ ਸੂਬੇ ਦੇ ਐਗਲਿੰਟਨ ਹਲਕੇ ਤੋਂ ਚੋਣ ਵੀ ਲੜੀ ਸੀ ਅਤੇ ਉਹਨਾਂ ਨੂੰ 132 ਵੋਟਾਂ ਹਾਸਲ ਹੋਈਆਂ ਸੀ। ਸੰਨ 1986 ਵਿੱਚ ਮੋਸ ਹੋਤਾ ਨੇ ਇਤਿਹਾਸ ਰਚਿਆ ਜਦੋਂ ਉਹ ਕੈਨੇਡਾ ਦੇ ਕਿਸੇ ਵੀ ਸੂਬੇ ਵਿੱਚ MLA ਦੀ ਚੋਣ ਜਿੱਤਣ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਬਣੇ। ਮੋਸ ਹੋਤਾ BC NDP ਵੱਲੋਂ ਜਿੱਤੇ ਸਨ। ਸੰਨ 1988 ਵਿੱਚ ਡਾਕਟਰ ਗੁਲਜ਼ਾਰ ਚੀਮਾ ਮੈਨੀਟੋਬਾ ਵਿੱਚ MLA ਚੁਣੇ ਜਾਣ ਵਾਲੇ ਪੰਜਾਬੀ ਮੂਲ ਦੇ ਪਹਿਲੇ ਉਮੀਦਵਾਰ ਸਨ। ਡਾਕਟਰ ਗੁਲਜ਼ਾਰ ਚੀਮਾ ਦੇ ਨਾਮ ਇੱਕ ਹੋਰ ਰਿਕਾਰਡ ਹੈ। ਉਹ ਪੰਜਾਬੀ ਮੂਲ ਦੇ ਇਕਲੌਤੇ ਅਜਿਹੇ ਪੋਲੀਟੀਸ਼ੀਅਨ ਹਨ ਜੋ ਕੈਨੇਡਾ ਦੇ 2 ਸੂਬਿਆਂ ਵਿੱਚ MLA ਰਹਿ ਚੁੱਕੇ ਨੇ, 1988 ਤੋਂ 1993 ਤੱਕ ਮੈਨੀਟੋਬਾ ਵਿੱਚ ਅਤੇ ਫਿਰ 2001 ਤੋਂ 2004 ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ। 1993 ਦੀਆਂ ਫੈਡਰਲ ਚੋਣਾਂ ਵਿੱਚ ਪੰਜਾਬੀ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹੁੰਚਣ 'ਚ ਕਾਮਯਾਬ ਹੋਏ। ਉਹਨਾਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ 3 MP ਚੁਣੇ ਗਏ ਸਨ, ਗੁਰਬਖਸ਼ ਸਿੰਘ ਮੱਲੀ, ਜਗ ਭਦੌੜੀਆ ਅਤੇ ਹਰਬ ਧਾਲੀਵਾਲ। ਤਿੰਨੋਂ ਆਪੋ ਆਪਣੇ ਹਲਕਿਆਂ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਸਨ। ਗੁਰਬਖਸ਼ ਸਿੰਘ ਮੱਲੀ ਪੂਰੇ ਨੌਰਥ ਅਮਰੀਕਾ ਵਿੱਚ ਇਲੈਕਸ਼ਨ ਜਿੱਤਣ ਵਾਲੇ ਪਹਿਲੇ ਦਸਤਾਰਧਾਰੀ ਉਮੀਦਵਾਰ ਬਣੇ। ਸੰਨ 1997 ਵਿੱਚ ਹਰਬ ਧਾਲੀਵਾਲ ਕੈਨੇਡਾ ਦੀ ਸਰਕਾਰ ਵਿੱਚ ਪੰਜਾਬੀ ਮੂਲ ਦੇ ਪਹਿਲੇ ਕੈਬਨਿਟ ਮੰਤਰੀ ਵਜੋਂ ਚੁਣੇ ਗਏ। ਪ੍ਰਾਈਮ ਮਿਨਿਸਟਰ ਜੌਂਕ ਰਚਿਆਂ ਦੀ ਸਰਕਾਰ ਵਿੱਚ ਉਹਨਾਂ ਨੂੰ ਰੈਵਨਿਊ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਸੀ। 1997 ਵਿੱਚ ਗੁਰਮੰਤ ਗਰੇਵਾਲ ਰਿਫੋਰਮ ਪਾਰਟੀ ਆਫ ਕੈਨੇਡਾ ਵੱਲੋਂ ਚੁਣੇ ਗਏ ਸਨ ਅਤੇ ਅੱਗੇ ਚੱਲ ਕੇ ਇਹੋ ਪਾਰਟੀ ਹੋਰਨਾਂ ਪਾਰਟੀਆਂ ਨਾਲ ਰਲ ਕੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਬਣੀ ਸੀ। ਸੰਨ 2000 ਵਿੱਚ ਉੱਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਅਤੇ ਹੁਣ ਤੱਕ ਦੇ ਇਕਲੌਤੇ ਸਿਆਸਤਦਾਨ ਬਣੇ। ਸੰਨ 2004 ਵਿੱਚ ਨੀਨਾ ਗਰੇਵਾਲ MP ਬਣਨ ਵਾਲੀ ਪੰਜਾਬੀ ਮੂਲ ਦੀ ਪਹਿਲੀ ਔਰਤ ਸਨ। ਗੌਰਤਲਬ ਹੈ ਕਿ ਨੀਨਾ ਗਰੇਵਾਲ ਗੁਰਮੰਤ ਗਰੇਵਾਲ ਦੀ ਪਤਨੀ ਹਨ ਅਤੇ 2004 ਤੋਂ 2006 ਦਰਮਿਆਨ ਜਦੋਂ ਨੀਨਾ ਗਰੇਵਾਲ ਅਤੇ ਗੁਰਮੰਤ ਗਰੇਵਾਲ ਦੋਵੇਂ ਜਣੇ MP ਸਨ, ਉਦੋਂ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਪਤੀ ਪਤਨੀ ਦੀ ਜੋੜੀ ਨੇ ਇੱਕੋ ਸਮੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਸੇਵਾ ਨਿਭਾਈ ਹੋਵੇ। ਸੰਨ 2016 ਵਿੱਚ ਸਰਬਜੀਤ ਸਿੰਘ ਮਰਵਾਹਾ ਕੈਨੇਡਾ ਦੀ ਸੈਨੇਟ ਲਈ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਸਨ। ਸੰਨ 2017 ਵਿੱਚ ਜਗਮੀਤ ਸਿੰਘ ਕੈਨੇਡਾ ਦੀ ਫੈਡਰਲ ਪਾਰਟੀ ਦੇ ਲੀਡਰ ਚੁਣੇ ਗਏ। ਜਗਮੀਤ ਸਿੰਘ ਕੈਨੇਡਾ ਦੀ ਕਿਸੇ ਵੀ ਪ੍ਰਮੁੱਖ ਫੈਡਰਲ ਪਾਰਟੀ ਦੇ ਲੀਡਰ ਬਣਨ ਵਾਲੇ ਪਹਿਲੇ ਸਿੱਖ ਹੀ ਨਹੀਂ, ਸਗੋਂ ਕਿਸੇ ਵੀ ਐਥਨਿਕ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪਹਿਲੇ ਵਿਅਕਤੀ ਹਨ। ਜਗਮੀਤ ਸਿੰਘ ਦੀ ਇਹ ਜਿੱਤ ਅਚੀਵਮੈਂਟਸ ਦਾ ਇੱਕ ਨਵਾਂ ਮੀਲ ਪੱਥਰ ਹੈ। ਪਰ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਕਿ ਜਗਮੀਤ ਸਿੰਘ ਤੋਂ ਪਹਿਲਾਂ ਪੰਜਾਬੀ ਮੂਲ ਦੇ ਅਜਿਹੇ ਕਿਹੜੇ ਸਿਆਸਤਦਾਨ ਸਨ ਜਿਨ੍ਹਾਂ ਨੇ ਵੱਖ ਵੱਖ ਪੱਧਰਾਂ 'ਤੇ ਸਮੇਂ ਸਿਰ ਨਵੇਂ ਰਸਤੇ ਖੋਲ੍ਹੇ, ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਤੁਸੀਂ ਹੋਰ ਕਿਹੜੇ ਟੌਪਿਕਸ 'ਤੇ, ਹੋਰ ਕਿਹੜੇ ਵਿਸ਼ਿਆਂ 'ਤੇ ਚਾਹੁੰਦੇ ਹੋ ਕਿ ਅਜਿਹੀਆਂ ਵੀਡੀਓਜ਼ ਤੁਹਾਡੇ ਵਾਸਤੇ ਅਸੀਂ ਪੇਸ਼ ਕਰੀਏ, ਤੁਸੀਂ ਕਮੈਂਟਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ, ਮੈਨੂੰ ਮੈਸੇਜ ਕਰ ਸਕਦੇ ਹੋ, ਅਤੇ ਇਸ ਵੀਡੀਓ ਨੂੰ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ। ਸ਼ੇਅਰ ਜ਼ਰੂਰ ਕਰਿਓ।